ਘਰ ਅੰਦਰ ਜਦੋਂ ਧਰਮਸ਼ਾਲ ਬਣੀ ਹੈ, ਬਾਬੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਘਰ ਘਰ ਅੰਦਰ ਗਾਇਬ ਗਾਵਿਆ ਗਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਬਾਤ ਦਾ ਹੋਕਾ ਦਿੱਤਾ ਹੈ। ਅਸੀਂ ਸੱਚ ਬਾਤ ਦਾ ਹੋਕਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ। ਇਤਿਹਾਸਕਾਰ ਲਿਖਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਥਾਂ ਦੇ ਉੱਪਰ ਗਏ, ਦੇਖਿਆ ਵੀ ਲੋਕ ਹਰਿਦੁਆਰ ਤੀਰਥ ਦੇ ਉੱਪਰ ਗਏ ਨੇ, ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਵੀ ਭਲਿਓ ਜਿਹੜੇ ਤੁਸੀਂ ਕਰਮ ਕਾਂਡ ਪਿਆ ਕਰਦੇ ਹੋ, ਵੀ ਇਹ ਜਿਹੜਾ ਤੁਹਾਡਾ ਸੂਰਜ ਦੇ ਕੋਲ ਪਾਣੀ ਕੋਈ ਨਹੀਂ ਪਹੁੰਚਣਾ, ਕਿਉਂਕਿ ਸਤਿਗੁਰੂ ਜੀ ਭਾਈ ਗੁਰਦਾਸ ਜੀ ਆਖਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਕਿਵੇਂ ਸਤਿਗੁਰ ਜੀ ਪ੍ਰਗਟ ਹੋਏ? ਸਤਿਗੁਰਾਂ ਦੀ ਬਾਣੀ ਆਖਦੀ ਹੈ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਕਹਿੰਦੇ ਵੀ ਉਹ ਨਿਰਭਉ ਦਾ ਪੁਜਾਰੀ ਸੀ, ਉਸ ਦਾ ਕਿਸੇ ਵੀ ਦੁਨੀਆਂ ਦੇ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੈਰ ਨਹੀਂ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾਂ ਨੂੰ ਜਾ ਕਰਕੇ ਇੱਕ ਅਕਾਲ ਦੀ ਗੱਲ ਕੀਤੀ, ਉਸ ਪਰਮਾਤਮਾ ਦੀ ਗੱਲ ਕੀਤੀ, ਲੋਕ ਜਿਹੜੇ ਸਨ ਭਾਵੇਂ ਚੜ੍ਹਦੇ ਵਾਲੇ ਪਾਸੇ ਪਾਣੀ ਪਿਆ ਦੇ ਰਹੇ ਸਨ, ਪਰ ਬਾਬੇ ਨਾਨਕ ਦੀ ਬਾਤ ਦੇ ਨਾਲ ਉਹ ਲੋਕ ਸਹਿਮਤ ਹੋਏ। ਉਹਨਾਂ ਨੇ ਗੁਰੂ ਨਾਨਕ ਦੀ ਬਾਤ ਦੇ ਉੱਪਰ ਕਹਿ ਲਗੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਖੇ ਬੋਲਾਂ ਦੇ ਉੱਪਰ ਉਹਨਾਂ ਨੂੰ ਸਿਜਦਾ ਕਰਨਾ ਪਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਡਰ ਤੋਂ ਰਹਿਤ ਹੋ ਕਰਕੇ, ਕਿਉਂਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਨਿਰਭਉ ਦੀ ਗੱਲ ਕਰ ਰਹੇ ਨੇ ਨਾ, ਕਿ ਗੁਰੂ ਨਾਨਕ ਪਾਤਸ਼ਾਹ ਜੀ ਡਰ ਤੋਂ ਰਹਿਤ ਹੋ ਕਰਕੇ ਲੋਕਾਂ ਨੂੰ ਜਾ ਕਰਕੇ ਸਮਝਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਵੈਰ ਤੋਂ ਰਹਿਤ ਹੋ ਕਰਕੇ ਸੰਸਾਰ ਦੇ ਅੰਦਰ ਵਿਚਰੇ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸੁਨੇਹਾ ਹੈ ਨਿਰਭਉ ਜਪੈ ਸਗਲ ਭੋ ਮਿਟੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਡਰ ਤੋਂ ਰਹਿਤ ਹੋ ਕਰਕੇ ਸੰਸਾਰ ਦੇ ਅੰਦਰ ਵਿਚਰੇ ਨੇ। ਉਹ ਲੋਕ ਦੇਖੋ ਕਿ ਇੱਕ ਸਮੇਂ ਦਾ ਹਾਕਮ ਮਲਕ ਭਾਗੋ ਉਸ ਨੂੰ ਜਾ ਕਰਕੇ ਸੱਚ ਦੀ ਬਾਤ ਕਹਿਣੀ, ਕਿਉਂਕਿ ਆਪਣੇ ਮਰ ਚੁੱਕੇ ਵੱਡ ਵਡੇਰਿਆਂ ਵਾਸਤੇ ਕਦੇ ਲੰਗਰ ਲਾਉਂਦਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਦਾ ਦਿੰਦਾ, ਪਰ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਸਨ ਕਹਿਣ ਲੱਗੇ ਕੋੜੀਆਂ ਦੇ ਵੀ ਰੋਗ ਜਿਹੜੇ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਦੀਪਾਲਪੁਰ ਦੀ ਧਰਤੀ ਦੇ ਉੱਪਰ ਜਾ ਕਰਕੇ ਦੂਰ ਕੀਤੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਪਾਲਪੁਰ ਦੀ ਧਰਤੀ 'ਤੇ ਗਏ ਭਾਈ ਮਰਦਾਨਾ ਜੀ ਨਾਲ ਨੇ, ਵੱਡੇ ਵੱਡੇ ਮਹੱਲਾਂ ਵਾਲੇ ਜਿਹੜੇ ਸਨ ਜਦੋਂ ਉਹਨਾਂ ਨੇ ਘਰ ਰੁਕਣ ਵਾਸਤੇ ਥਾਂ ਨਾ ਦਿੱਤੀ, ਅਤੇ ਇੱਕ ਸਾਹਮਣੇ ਦੀਪਾਲਪੁਰ ਦੀ ਧਰਤੀ ਦੇ ਉੱਪਰ ਨਗਰ ਤੋਂ ਬਾਹਰ ਇੱਕ ਝੁੱਗੀ ਨਜ਼ਰ ਆਈ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਅੱਜ ਰਾਤ ਟਿਕਾਣਾ ਉਸ ਝੁੱਗੀ ਦੇ ਅੰਦਰ ਰਾਤ ਕੱਟਣੀ ਹੈ। ਜਦੋਂ ਗਏ ਆਵਾਜ਼ ਮਾਰੀ ਹੈ ਅਤੇ ਅੰਦਰੋਂ ਜਿਸ ਨੂੰ ਕੋੜ ਦਾ ਰੋਗ ਲੱਗਾ ਹੋਇਆ, ਅਤੇ ਉਸ ਮਨੁੱਖ ਨੇ ਕਿਹਾ ਵੀ ਮੇਰੇ ਕੋਲ ਤਾਂ ਦਿਨ ਨੂੰ ਕੋਈ ਨਹੀਂ ਆਉਂਦਾ, ਅਤੇ ਤੁਸੀਂ ਰਾਤ ਨੂੰ ਆਏ ਹੋ ਅਤੇ ਆਏ ਵੀ ਹੋ ਵੀ ਇੱਥੇ ਰਾਤ ਕੱਟਣ ਵਾਸਤੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਅਸਲ ਦੇ ਅੰਦਰ ਜਿਹੜਾ ਰੋਗੀ ਹੈ ਨਾ, ਕਿਉਂਕਿ ਕਦੋਂ ਤਪਦਾ ਹੈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਪੜ੍ਹਦੇ ਹਾਂ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਸਤਿਗੁਰੂ ਜੀ ਆਖਦੇ ਨੇ ਵੀ ਅਸਲ ਦੇ ਅੰਦਰ ਰੱਬ ਦਾ ਵਿਸਰਨਾ ਹੀ ਬੰਦੇ ਨੂੰ ਰੋਗ ਲੱਗਣਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਿੱਠ ਬੋਲੜੇ ਸਨ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵੈਰ ਤੋਂ ਰਹਿਤ ਹੋ ਕਰਕੇ ਕਹਿੰਦੇ ਆਪਣੀ ਰਸਨਾ ਤੋਂ ਗਾਏ ਹੋਏ ਬੋਲਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿੰਦੇ ਚੋਰਾਂ ਨੂੰ ਠੱਗਾਂ ਨੂੰ ਸਾਧ ਬਣਾ ਦਿੱਤਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਭਾਵੇਂ ਕੋਡੇ ਰਾਕਸ਼ਸ਼ ਦੇ ਕੋਲ ਗਏ, ਗੁਰੂ ਨਾਨਕ ਪਾਤਸ਼ਾਹ ਜੀ ਠੱਗ ਦੇ ਕੋਲ ਗਏ, ਸੱਜਣ ਦੇ ਕੋਲ। ਸਤਿਗੁਰੂ ਜੀ ਆਖਦੇ ਨੇ ਵੀ ਅਸਲ ਦੇ ਅੰਦਰ ਜੇ ਤੂੰ ਸੱਜਣ ਦੀ ਬਾਤ ਪਿਆ ਕਰਦਾ ਹੈ ਨਾ, ਵੀ ਇਹਨਾਂ ਦੇ ਅੰਦਰ ਕੋਈ ਵੀ ਸੱਜਣਤਾਈ ਦੀ ਜਿਹੜੀ ਬਾਤ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖੀ ਵੀ ਸੱਜਣਾ ਵਾਲੀ ਬਾਤ ਕੋਈ ਨਹੀਂ ਹੈ। ਅਤੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੀ ਨੂੰ ਕਿਹਾ, ਰਬਾਬ ਛੇੜ ਬਾਣੀ ਆਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫਿਰ ਬਾਣੀ ਦੇ ਬੋਲ ਉਚਾਰਨ ਕਰਦੇ ਨੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਵੀ ਅਸਲ ਦੇ ਅੰਦਰ ਇਹ ਸੱਜਣ ਨਹੀਂ। ਸਤਿਗੁਰੂ ਜੀ ਗੁਰੂ ਅਰਜੁਨ ਦੇ ਪਿਤਾ ਜੀ ਆਖਦੇ ਨੇ ਉਹਨਾਂ ਸੱਜਣਾਂ ਦੇ ਨਾਲ ਮੇਰਾ ਮਿਲਾਪ ਕਰਾ ਦੇ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਰੱਬ ਚੇਤੇ ਆਵੇ। ਸਿੱਖ ਅਰਦਾਸ ਵੀ ਕਰਦਾ ਹੈ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਕਿਲਕਿ ਵੀ ਐਸੇ ਸੱਜਣਾਂ ਦੇ ਨਾਲ, ਐਸੇ ਗੁਰਮੁੱਖਾਂ ਦੇ ਨਾਲ ਕਿਲਕਿ ਵੀ ਮੇਰੇ ਮਿਲਾਪ ਹੋ ਜਾਵੇ। ਸਤਿਗੁਰ ਜੀ ਆਖਦੇ ਨੇ ਅਸਲ ਅੰਦਰ ਉਸ ਸੱਜਣ ਦੇ ਨਾਲ, ਮਿੱਤਰ ਦੇ ਨਾਲ ਮੇਰਾ ਮਿਲਾਪ ਹੋ ਜਾਵੇ ਜਿਸ ਸੱਜਣ ਨੇ ਜੀਵਨ ਦਾ ਸਾਥੀ ਬਣਨਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸੀ ਬਾਤ ਕਹੀ, ਉਹ ਸੱਜਣ ਠੱਗ ਵੀ ਆ ਕੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਢਹਿ ਪਿਆ। ਗੁਰੂ ਨਾਨਕ ਪਾਤਸ਼ਾਹ ਜੀ ਡਰ ਤੋਂ ਰਹਿਤ ਹੋ ਕਰਕੇ ਸੰਸਾਰ ਦੇ ਅੰਦਰ ਵਿਚਰੇ ਨੇ। ਸਤਿਗੁਰੂ ਜੀ ਕਦੇ ਗਏ ਨੇ ਜਾ ਕਰਕੇ ਪੁੱਛਿਆ ਭਾਈ ਲਾਲੂ ਕੀ ਕਰਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਦਾ ਵੀ ਸਤਿਗੁਰੂ ਜੀ ਕੇਲੇ ਪਿਆ ਕੱਟਦਾ ਹਾਂ। ਗੁਰੂ ਨਾਨਕ ਪਿਤਾ ਜੀ ਨੇ ਕਿਹਾ ਵੀ ਕਦੇ ਅੰਦਰ ਦੇ ਵੀ ਕਿੱਲੇ ਨੂੰ ਘੱਟ ਲੈ, ਬਾਹਰੀ ਤੌਰ 'ਤੇ ਕਿੱਲੇ ਨਾ ਘੱਟਦਾ ਰਹਿ ਜਾਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਵਰਗੇ ਨਹੀਂ ਸਨ, ਉਹ ਗੁਰੂ ਕੇ ਪਿਆਰੇ ਸਿੱਖ ਹੋ ਨਹੀਂ। ਇਹ ਨਹੀਂ ਕਿਹਾ ਵੀ ਸਤਿਗੁਰੂ ਜੀ ਮਾਲਾ ਫਿਰਦਾ ਬਾਣੀ ਪੜ੍ਹਦਾ, ਇਹ ਬਾਤ ਨਹੀਂ ਕਹੀ। ਉਹ ਪੱਕੇ ਸਿਦਕੀ ਸਿੱਖ ਸਨ। ਉਹਨਾਂ ਨੇ ਕਿਹਾ ਸਤਿਗੁਰੂ ਜੀ ਕਿੱਲੇ ਪਿਆ ਘੱਟਦਾ ਹਾਂ, ਮੇਰੇ ਵਰਗਾ ਹੁੰਦਾ ਉਸ ਨੇ ਕਹਿਣਾ ਸੀ ਸਤਿਗੁਰੂ ਜੀ ਤੇਰੇ ਨਾਮ ਦੀ ਮਾਲਾ ਪਿਆ ਫਿਰਦਾ ਸਾ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਡਾਕਟਰ ਜੋਗਿੰਦਰ ਸਿੰਘ ਨੇ ਲਿਖਿਆ ਵੀ 35,000 ਕਿਲੋਮੀਟਰ ਪੈਂਡਾ ਪੈਦਲ ਤੈਅ ਕੀਤਾ ਹੈ, ਅੱਜ ਵਰਗੇ ਸਾਧਨ ਨਹੀਂ ਸਨ। ਦੇਖੋ ਕਿ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਦਾ ਵੀ ਇਹ ਤਾਂ ਬੇਤਾਲਾ ਹੋਇਆ ਫਿਰਦਾ, ਇਹ ਤਾਂ ਭੂਤਨਾ ਹੈ। ਕੋਈ ਸਤਿਗੁਰਾਂ ਨੂੰ ਸੱਜਣ ਵੀ ਮਿਲੇ ਨੇ, ਮਿੱਤਰ ਵੀ ਮਿਲੇ ਨੇ, ਬਹੁਤੀਆਂ ਥਾਵਾਂ 'ਤੇ ਗਏ ਗੁਰੂ ਨਾਨਕ ਪਾਤਸ਼ਾਹ ਜੀ ਵੈਰੀ ਹੀ ਮਿਲੇ ਨੇ। ਉਹਨਾਂ ਨੇ ਕਿਹਾ ਵੀ ਬਾਬਾ ਸੱਚ ਦੀ ਬਾਤ ਕਹਿਣ ਵਾਸਤੇ ਆਇਆ, ਇੱਥੋਂ ਤੱਕ ਕਿ ਇਤਿਹਾਸਕਾਰ ਲਿਖਦੇ ਨੇ ਜੋਗੀਆਂ ਦੇ ਕੋਲ ਗਏ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਵਿਚਾਰ ਕੀਤੀ। ਵਿਚਾਰ ਦੇ ਅੰਦਰ ਸਵਾਲ ਜਵਾਬ ਹੋਏ, ਸਵਾਲ ਜਵਾਬ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕੀਤੇ ਗਏ ਅਤੇ ਆਖਿਰਕਾਰ ਉਹਨਾਂ ਜੋਗੀਆਂ ਨੇ ਆਪਣੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਦਿਖਾਉਣੀਆਂ ਚਾਹੀਆਂ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਕਹਿੰਗੇ ਆਖਿਰਕਾਰ ਜਦੋਂ ਵਿਚਾਰ ਹੋਏ ਉਹਨਾਂ ਜੋਗੀਆਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਝੁਕਣਾ ਪਿਆ। ਕਿਉਂਕਿ ਗੁਰੂ ਨਾਨਕ ਦੇ ਘਰ ਅੰਦਰ ਜਿਹੜੀ ਆਵਾਜ਼, ਜਿਹੜੀ ਬਾਤ ਆਈ ਹੈ ਉਹ ਸੱਚ ਦੀ ਬਾਤ ਆਈ ਹੈ। ਇੱਥੇ ਕੋਈ ਝੂਠ ਫਰੇਬ ਦੀ ਬਾਤ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਾ ਕਰਕੇ ਜੋਗੀਆਂ ਦੇ ਨਾਲ ਵਿਚਾਰ ਕੀਤੀ, ਉਹ ਥਾਂ ਜਿਹੜੇ ਉਹਨਾਂ ਦੇ ਮਤ ਦੇ ਗੁਰੂ ਦੇ ਨਾਮ, ਮੁਰਸ਼ਦ ਦੇ ਨਾਮ ਨਾਲ ਉਹਨਾਂ ਦੇ ਮਤ ਦਾ ਨਾਮ ਸੀ ਨਾ, ਕਿਲਕਿ ਉਸ ਗੋਰਖ ਮਤੇ ਦਾ ਨਾਮ ਵੀ ਨਾਨਕ ਮਤਾ ਪੈ ਗਿਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਸੱਚ ਦੀ ਬਾਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਤੁਰੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾਂ ਨੂੰ ਬਾਤ, ਜੇ ਅਸੀਂ ਖਾਲਸਾ ਸਾਜਨਾ ਦਿਵਸ ਵੀ ਮਨਾ ਰਹੇ ਹਾਂ ਨਾ, ਕਿਲਕਿ ਉਸ ਖਾਲਸਾ ਸਾਜਨਾ ਦਿਵਸ ਦੇ ਪਹਿਲੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਸਨ। ਨੀਂਹ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਖੀ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੰਪੂਰਨਤਾ ਕਰਦੇ ਨੇ ਉਸ ਦੀ, ਅਤੇ ਸਤਿਗੁਰੂ ਜੀ ਆਖਦੇ ਨੇ ਵੀ ਮੈਂ ਤੈਨੂੰ ਆਪਣਾ ਰੂਪ ਬਣਾ ਕੇ ਚੱਲਿਆ, ਵੀ ਮੈਂ ਭੇਦ ਕੋਈ ਨਹੀਂ ਰੱਖਦਾ। ਗੁਰੂ ਤਾਂ ਆਖਦਾ ਵੀ ਜਦੋਂ ਮੇਰੇ ਕੋਲ ਆਏ ਨਾ, ਵੀ ਮੇਰੇ ਕੋਲ ਇੰਨੀ ਕੁ ਤਾਕਤ ਹੈ ਵੀ ਮੈਂ ਤੈਨੂੰ ਆਪਣਾ ਰੂਪ ਬਣਾ ਸਕਦਾ। ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਭਾਈ ਲਹਿਣਾ ਆਇਆ ਹੈ ਅਤੇ ਭਾਈ ਲਹਿਣੇ ਨੂੰ ਗੁਰੂ ਬਣਾਇਆ ਹੈ, ਸਿੱਖਾ ਅੱਜ ਵੀ ਜੇ ਤੇ ਗੁਰੂ ਕੋਲ ਆਵੇਂ, ਗੁਰੂ ਤੈਨੂੰ ਆਪਣੀ ਵਰਗਾ ਬਣਾ ਦੇਵੇਗਾ। ਸਤਿਗੁਰੂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਵੀ ਮੈਂ ਤੈਨੂੰ ਖਾਲਸੇ ਦਾ ਰੂਪ ਦੇ ਕਰਕੇ ਚੱਲਿਆ, ਮੈਂ ਤੈਨੂੰ ਆਪਣਾ ਰੂਪ ਦੇ ਕਰਕੇ ਚੱਲਿਆ ਹਾਂ। ਕਿਉਂਕਿ ਸਤਿਗੁਰੂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਕਿਉਂਕਿ ਹੁਣ ਅਸੀਂ ਆਪਣੇ ਅੰਦਰ ਚਾਹਤ ਮਾਰ ਕੇ ਦੇਖੀਏ ਵੀ ਵਾਕਿਆ ਵੀ ਅਸੀਂ ਖਾਲਸੇ ਹਾਂ, ਅਸੀਂ ਤਾਂ ਭਰਮਾਂ ਦੇ ਅੰਦਰ ਪਏ ਹੋਏ ਹਾਂ। ਕਿਧਰੇ ਨਾ ਕਿਧਰੇ ਸਾਡੇ ਮਨ ਦੇ ਅੰਦਰ ਡਰ ਹੈ ਵੀ ਫਲਾਨਾ ਕਰਮ ਨਾ ਕੀਤਾ, ਪਤਾ ਨਹੀਂ ਜੀਵਨ ਦੇ ਅੰਦਰ ਕੀ ਕੁਝ ਆ ਜਾਣਾ ਹੈ।
ਹੁਣ ਅਸੀਂ ਆਖਦੇ ਹਾਂ ਵੀ ਪ੍ਰਚਾਰ ਨਹੀਂ ਹੋ ਰਿਹਾ ਗੁਰਬਾਣੀ ਦਾ, ਘਰ ਘਰ ਅੰਦਰ ਗੁਰਬਾਣੀ ਪੁੱਜ ਗਈ, ਇਕੱਲੇ ਇਕੱਲੇ ਬੰਦੇ ਕੋਲ ਬਾਣੀ ਪੁੱਜ ਗਈ, ਪਰ ਅੱਜ ਅਸੀਂ ਫਿਰ ਵੀ ਅਵੇਸਲੇ ਹਾਂ। ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਜੋ ਕੁਝ ਲੈਣ ਵਾਸਤੇ ਆਏ ਸਾਂ, ਕਿ ਵਾਕਿਆ ਵੀ ਅਸੀਂ ਉਹ ਪ੍ਰਾਪਤ ਕੀਤਾ ਹੈ ਕਿ ਅਸੀਂ ਬਾਹਰੀ ਤੌਰ ਤੇ ਹੀ ਪਦਾਰਥਾਂ ਦੀ ਮੰਗ ਕਰਦੇ ਰਹੇ ਵੀ ਆਹ ਪਦਾਰਥ ਮੇਰੀ ਝੋਲੀ ਦੇ ਅੰਦਰ ਪੈ ਜਾਵੇ, ਆਹ ਦਾਤਾ ਮੇਰੀ ਝੋਲੀ ਦੇ ਅੰਦਰ ਪੈ ਜਾਣ, ਇਹ ਦਾਤਾ ਹੀ ਮੰਗਦੇ ਰਹੇ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਤੇਰਾ ਘਰ ਇੱਕ ਐਸਾ ਸੀ ਜਿਸ ਘਰ ਦੇ ਅੰਦਰੋਂ ਸੱਚ ਦੀ ਆਵਾਜ਼ ਆਈ। ਸਤਿਗੁਰੂ ਜੀ ਆਖਦੇ ਨੇ ਵੀ ਘਰ ਘਰ ਅੰਦਰ, ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਸੰਸਾਰ ਦੇ ਅੰਦਰ, ਭਾਈ ਗੁਰਦਾਸ ਜੀ ਆਖਦੇ ਨੇ ਹਨੇਰਾ ਜਿਹੜਾ ਸੀ ਉਹਨੂੰ ਭਾਜਣਾ ਪੈ ਗਈਆਂ, ਚਾਰੇ ਪਾਸੇ ਚਾਨਣ ਹੀ ਚਾਨਣ, ਪ੍ਰਕਾਸ਼ ਹੀ ਪ੍ਰਕਾਸ਼। ਕਹਿਣ ਲੱਗੇ ਅਗਿਆਨਤਾ ਰੂਪੀ ਜਿਹੜਾ ਹਨੇਰਾ ਸੀ ਉਹ ਜੀਵਨ ਦੇ ਅੰਦਰੋਂ ਦੂਰ ਹੋ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਸੰਸਾਰ ਦੇ ਅੰਦਰ ਹੋਈ, ਮਿੱਟੀ ਧੁੰਦ ਜਗ ਚਾਨਣ ਹੋਵਾ, ਕਹਿੰਗੇ ਵੀ ਅਸਲ ਦੇ ਅੰਦਰ ਚਾਨਣ, ਗਿਆਨ ਦਾ ਚਾਨਣ। ਕਹਿੰਗੇ ਜਦੋਂ ਚਾਨਣ ਹੋਇਆ ਜਿਹੜੇ ਤਾਰੇ ਸਨ ਉਹ ਛੁੱਪ ਗਏ, ਕਿਉਂਕਿ ਸੱਚ ਦੀ ਹੋਂਦ ਨੂੰ ਪ੍ਰਗਟ ਕੀਤਾ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸੀ ਦਾਤ ਸਾਡੀ ਝੋਲੀ ਦੇ ਅੰਦਰ ਪਾਈ। ਸਤਿਗੁਰੂ ਜੀ ਆਖਦੇ ਨੇ ਮੈਂ ਤੈਨੂੰ ਰੋਗੀ ਨਹੀਂ ਬਣਾ ਕੇ ਚੱਲਿਆ, ਮੈਂ ਤੈਨੂੰ ਨਿਰੋਗੀ ਬਣਾ ਕੇ ਚੱਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿੰਨ ਸਿਧਾਂਤ ਸਾਡੀ ਝੋਲੀ ਦੇ ਅੰਦਰ ਪਾਏ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਿੰਨ ਸਿਧਾਂਤ ਨੇ, ਕਿਰਤ ਕਰਨੀ ਹੈ, ਨਾਮ ਜਪਣਾ ਹੈ ਅਤੇ ਵੰਡ ਕੇ ਛਕਣਾ। ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਇਸ ਫਿਲੋਸਫੀ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ, ਉਹ ਇੱਕ ਗੱਲ ਤਾਂ ਮੰਨਣ ਵਾਸਤੇ ਤਿਆਰ ਹੈ ਵੀ ਸਰੀਰ ਕਰਕੇ ਉਹ ਰੋਗੀ ਨਹੀਂ ਹੋ ਸਕਦਾ। ਜਿਹੜਾ ਬੰਦਾ ਸਰੀਰ ਕਰਕੇ ਰੋਗੀ ਨਹੀਂ ਹੈ ਉਹੀ ਉਹ ਨਾਮ ਜਪ ਸਕਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਵੀ ਜਿਹੜਾ ਮਨੁੱਖ ਉੱਠ ਕੇ ਮਿਹਨਤ ਕਰਦਾ ਹੈ, ਕਿਰਤ ਕਰਦਾ ਹੈ, ਕੰਮ ਧੰਦਾ ਕਰਦਾ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਿਧਾਂਤ ਕੀ ਹੈ, ਕਿਰਤ ਕਰਨੀ ਹੈ, ਹੱਥਾਂ ਦੇ ਨਾਲ ਮਿਹਨਤ ਕਰ। ਹੁਣ ਐਸਾ ਨਹੀਂ ਵੀ ਕਿ ਜ਼ਿਮੀਦਾਰ ਹੀ ਮਿਹਨਤ ਕਰਦਾ ਹੈ, ਇੱਕ ਨੌਜਵਾਨ ਇੰਜੀਨੀਅਰ ਕੰਪਿਊਟਰ ਦੇ ਉੱਪਰ ਬੈਠ ਕੇ ਵੀ ਮਿਹਨਤ ਕਰ ਰਿਹਾ ਹੈ। ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਫਿਲੋਸਫੀ ਇਹ ਗੱਲ ਕਹਿ ਰਹੀ ਹੈ ਵੀ ਜਿਸ ਨੇ ਕਿਰਤ ਕੀਤੀ ਹੈ ਆਪਣੇ ਹੱਥਾਂ ਦੇ ਨਾਲ, ਮਿਹਨਤ ਕੀਤੀ ਸਵੇਰ ਤੋਂ ਲੈ ਕਰਕੇ 9 ਵਜੇ ਤੋਂ ਲੈ ਕਰਕੇ ਸ਼ਾਮ 5 ਵਜੇ ਤੱਕ ਕੰਮ ਕੀਤਾ, ਕਹਿ ਲੱਗੇ ਵੀ ਉਹ ਸਰੀਰ ਕਰਕੇ ਰੋਗੀ ਨਹੀਂ ਹੈ। ਹੁਣ ਅਗਲਾ ਗੱਲ ਸਿਧਾਂਤ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਝੋਲੀ ਦੇ ਅੰਦਰ ਪਾਇਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਵੀ ਹੁਣ ਦੂਜਾ ਸਿਧਾਂਤ ਜਿਹੜਾ ਹੈ ਤੂੰ ਨਾਮ ਜਪਣਾ ਹੈ। ਜਿਹੜਾ ਰੱਬ ਦੀ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਮਨ ਕਰਕੇ ਰੋਗੀ ਨਹੀਂ ਹੈ। ਪਹਿਲਾ ਤਨ ਕਰਕੇ ਰੋਗੀ ਨਹੀਂ, ਦੂਜਾ ਮਨ ਕਰਕੇ ਰੋਗੀ ਨਹੀਂ, ਤੇ ਤੀਜੀ ਗੱਲ ਵੰਡ ਕੇ ਛਕਣ ਦੀ ਜਿਹੜੀ ਦਸਾਂ ਨੌਵਾਂ ਦੀ ਕਿਰਤ ਕੀਤੀ ਹੈ, ਜਿਸ ਨੇ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਮਿਹਨਤ ਕੀਤੀ, ਕਿਰਤ ਕਰਨ ਤੋਂ ਬਾਅਦ ਨਾਮ ਜਪਿਆ, ਤਨ ਕਰਕੇ ਵੀ ਰੋਗੀ ਨਹੀਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਵੀ ਮੈਂ ਤੈਨੂੰ ਐਸਾ ਨਿਰੋਗੀ ਬਣਾ ਕੇ ਜਾਣਾ ਹੈ, ਰੋਗ ਤੋਂ ਰਹਿਤ ਕਰਕੇ ਜਾਣਾ ਹੈ, ਜੇ ਤੂੰ ਵੰਡ ਕੇ ਛਕਦਾ ਹੈ, ਦਸਾਂ ਨੌਵਾਂ ਦੀ ਕਿਰਤ ਕਰਕੇ ਦਸਵੰਡ ਕੱਢਦਾ ਹੈ, ਲੋੜਵੰਦ ਦੀ ਮਦਦ ਕਰਦਾ ਹੈ, ਕਮਾਇਆ ਹੋਇਆ ਤੇਰੇ ਘਰ ਦੇ ਅੰਦਰ ਆਇਆ ਹੋਇਆ ਧਨ ਜਿਹੜਾ ਹੈ, ਕਹਿੰਦੇ ਉਸ ਦੇ ਨਾਲ ਤੇਰੇ ਬੱਚੇ ਜਿਹੜੇ ਨੇ ਭੈੜੀ ਸੰਗਤ ਦੇ ਅੰਦਰ ਨਹੀਂ ਬੈਠਣਗੇ। ਜਿਹੜਾ ਧਨ ਤੇਰੇ ਘਰ ਦੇ ਅੰਦਰ ਆਇਆ, ਗੁਰੂ ਨਾਨਕ ਪਿਤਾ ਜੀ ਨੇ ਕਹਿ ਦਿੱਤਾ ਵੀ ਮੈਂ ਤੈਨੂੰ ਰੋਗੀ ਨਹੀਂ ਬਣਾਇਆ ਸੀ, ਮੈਂ ਨਿਰੋਗੀ ਦਾ ਸਿਧਾਂਤ ਤੇਰੀ ਝੋਲੀ ਦੇ ਅੰਦਰ ਪਾ ਕੇ ਗਿਆ ਸਾਂ। ਅੱਜ ਅਸੀਂ ਕੀ ਦੇਖਦੇ ਹਾਂ, ਜਿਹੜਾ ਨਾਮ ਜਪਦਾ ਹੈ, ਜਿਹੜਾ ਕਿਰਤ ਕਰਦਾ ਉਹ ਨਾਮ ਨਹੀਂ ਜਪਦਾ, ਜਿਹੜਾ ਨਾਮ ਜਪਦਾ ਹੈ ਉਹ ਕਿਰਤ ਨਹੀਂ ਕਰਦਾ। ਪਰ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੋਂ ਅਵੇਸਲੇ ਹਾਂ, ਕਿਧਰੇ ਨਾ ਕਿਧਰੇ ਟੁੱਟੇ ਹੋਏ ਆ, ਪੜ੍ਹਦੇ ਗੁਰੂ ਨਾਨਕ ਦੀ ਬਾਤ ਹਾਂ, ਸਾਰਿਆਂ ਨੂੰ ਚੇਤੇ ਆ ਵੀ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਕੇ ਛਕਣਾ, ਅਤੇ ਆਪਣੇ ਮਨ ਅੰਦਰ ਵਿਚਾਰੀਏ ਵੀ ਸਾਡੇ ਅੰਦਰੋਂ ਕਿਰਤੀ ਕਿਹੜਾ ਹੈ, ਤਨ ਕਰਕੇ ਰੋਗੀ ਕਿਹੜਾ ਹੈ,
मन करके रोगी केड़ा है ते जेड़ा सतगुरु जी आखदे ने मन करके निरोग रहना ते गुरु नानक पातशाह दे सिद्धांत नूं कबूलना पवेगा। सतगुरु जी आखदे ने भी मैं उस मालक दे अगे सिजदा कीता है जिसदा जेड़ा मालक है जिसदा गुरु जेड़ा है कह लगे आजाद है किसे दा गुलाम नहीं है वह किधरे एक थां दे उपर नहीं वसदा। गुरु नानक पिता जी ने गल कही भी रब जेड़ा एक थां दे उपर मौजूद नहीं है भी एक थां ऐसी मुकर्र कर रही है भी इको थां ते रब वसदा है। गुरु नानक दे घर अंदरों आवाज आउंदी है रब हर एक थां ते उपर वसदा है हर एक अंदर वसदा है। गुरु नानक दे घर अंदरों संदेहा आया भी लोग जिहड़े भरमां दे अंदर पए हुए सन गुरु नानक पिता जी ने कह दिता अवल अल्लै नोर उपाया कुदरत के सबंधी ये जिन्ना भी सज संसार है ना सारा उस मालक का सजिया होया क्योंकि सबै घट राम बोलै रामा बोलै राम बिना को बोलै रे कह लगे भी सारिया के अंदर रब है साढ़े को अखा ही नहीं। बाबा बोले शाह ने इसे करके कहना रब तेथों वख नहीं तेरी वेखन वाली अख नहीं साडे कोल अखा ही नहीं। सतगुरु जी आखते ने से अखणियां बयान जिन्ना दिसन दो मां पीरी साडे कोल ओ अखा ही नहीं। असी पढ़ते गुरु नानक दे सिद्धांत नूं पर असी उस नूं धारण कोई नहीं किया। गुरु नानक दा सिद्धांत ऐसा सी भी संसार तो निरोगी रहना है किरत करनी है नाम जपना है ते वंड के छकना है पर इसी बाबे नानक ने निरभो हो करके डर तो रहत हो करके वैर तो रहत हो करके दुनिया दे लोकां दे अंदर बैठो कोई बंदा वैरी हो सकता है पर गुरु नानक दे घर अंदर स्नेहा आया ना को बैरी ना ही बेगाना सगल संग हम को बन आई कह लगे भी वह संग जिहड़ा है ओ संग जिस दे अंदर रब वसदा है जिन्हां दे अंदर क्योंकि बंदा ना दूजियां दे अंदर रब देखना चाहुंदा है। बाबा फरीद साहब जी आखदे ने रब नूं देखने ना अपने अंदर चात मार। हुण बंदा अपने दुख दियां बातां लोकां तक सांझ पाउंदा है आखदा भी मैं बड़ा दुखी हाँ पर गुरु नानक दे घर अंदरों आवाज आई जे किधरे रब्बी बाणी दे नाल नहीं जुड़े हर एक दुनिया दे उपर रहन वाला दुख जिहड़ा है वह दुखी है। जिन्हां ने गुरु नानक दे सिद्धांत नूं नहीं अपने जीवन दे अंदर धारण किया ते जिन्हां ने अपने जीवन दे अंदर धारण कर लिया उन्हां नूं सारियां दे अंदर रब नज़र आया भावें गुरु नानक पातशाह जी मक्के गए भावें हरिद्वार की धरती ते गए लोगों नूं निडर हो करके सुनेहा दिता भी ए लोको जिहड़े कर्म कांड पिया कर दिओ इन्हां दे नाल तुहानूं रब कोई नहीं मिलना। जे तुसी कहिंदे आ ना भी इह कर्म कांड करके रब मिल जाणा है इह तुहाडे मन दा सब तों वड्डा भरम है। गुरु ने ना अपना रूप बनाया सी कदे गुरु नानक पातशाह जी नहीं रखते ने रूप बनाउंदे ने अपना ते कदे सतगुरु गुरु गोबिंद सिंह पातशाह जी आखदे ने खालसा मेरो रूप है खास खालसी मैं हूँ करो निवास। हुण जे असीं गुरु नूं देखना है बेसी किधरे बार भटकदे रहिए गुरु आखदा भी जिथे त्यार बार त्यार सिंह होवेगा उत्थे मैं उस दे अंदर वर्तना हाँ मैनू अपने चेहरे दे अंदरों देखे किधरे मैं उस तों वख नहीं हाँ मैं उस तों वख नहीं मैं तां उस दे नाल हाँ अंग संग हाँ पर इसी कदे सानूं उदिसिया ही नहीं है सानू कदे वो नजर ही नहीं आया। इसे करके सतगुरु जी कह रहे ने भी जदों मैं जरे जरे दे अंदर देखिया गुरु नानक दा जेड़ा खसम सी मालक सी वो आबाद सी वो एक थान दे उपर मुकर्र करके थोप के नहीं रखिया गया सी क्योंकि मेरे गुरु ने सानू जेड़ा सी असल दे अंदर नगीने बनाया है ठीकरियां तो नगीने बनाया। सतगुरु गुरु रामदास पिता दे बोल पढ़दे हां हम रुलते फिरते कोई बात ना पूछता गुर सतगुर संग कीरे हम थापी। गुरु दे कोल ताकत है कीड़ियां कह लगे ठीकरियां तो नगीने तक बना दिता पर अज इसी देखिए भी साढ़े जीवन दे हालात की ने
आइयां गुरु दी कोल मत्था टेकिया सजदा कीता है साडे हालात ऐसे ने सलाम जवाब दोवें करे मुढ़ो कुथा जाए मालक जी मत्था भी टेकदिया नमस्कार भी करदिया रुमाला साहब भी पेटा करदिया पर तेरी बात नू मनन वास्ते तैयार कोई नहीं है। आया बाणी बड़ी सुनी है जपजी साहब पढ़दिया 30 साल 20 साल गुजार दिते पर पता ही नहीं भी गुरु नानक पातशाह जी जपजी साहब के अंदर केड़ी बात समझाते हैं। बाणी पढ़दिया लंबेरा समा हो गया गुरुद्वारे आउंदिया लंबेरा समा हो गया पता ही नहीं अजे तक गुरुद्वारे लैन की आए स गुरु कोल आके मंगना की सी इत्थे आके दुनियावी पदार्थ मंगे दुनियावी सुख मंगे पर कदे आत्मक सुख मंगे कोई नहीं इसी गुरु नानक दे घर तो अवेसले लै गए। गुरु नानक दे सिद्धांत गुरु नानक दा सिद्धांत की है किरत करनी है नाम जपने ते वंड के छकना है जिहड़ा किरत करेगा वह तन करके रोगी नहीं है ते सतगुरु जी आखदे ने जिहड़ा बंदकी करेगा वह मन करके रोगी नहीं है ते जिस दे कोल धन है जे किधरे वह लोड़वंद की सेवा करके दसवंध कढ के माया अपने घर लिया तो उसके बच्चे कदे विकारां दे अंदर नहीं पैणगे। गुरु नानक का सिद्धांत ऐसा सी पर इसी उस सिद्धांत नूं छड्ड के किधरे कुराहे पै गए। गुरु नानक पातशाह जी नूं लोकां ने पता नहीं की किया पर गुरु नानक पातशाह जी ने यह कठोक के लोगों नूं जा करके सच का सुनेहा दिता है। घर घर अंदर गुरु नानक पातशाह जी नूं गाविया गया कि लगे अज्ञानता रूपी हनेरा उस दिन दूर हो गया जिस दिन सतगुरु गुरु नानक पातशाह जी दी संसार दे उपर आमद होई क्योंकि धर्म का बड़ा बोलबाला सी क्योंकि जोगी जेड़े सन ब्राह्मण जेड़े सन वह धर्म के आगू सन पर उन्होंने वड्डी लैके हक गवाए जे को पुछे ता पढ़ सुनाए जोगी गिरही जटा विपोत आगे पाछे रोवे पोत जोग ना पाया जुगत गवाई कित कारण सिरशाही पाई। कहलगे भी असल दे अंदर सतगुरु गुरु नानक पातशाह जी ने कहा भी जे तू असल दे अंदर ब्राह्मण है तो अपने धर्म के अंदर पक्का रहे जिस गुरु नानक पातशाह जी के 550 साल प्रकाश गुरपुरब न मना रहे हैं इस गुरु नानक पातशाह के 3 सिद्धांत अपने जीवन के अंदर वसा लीए। गुरु के कुल ताकत है सानू ठीकरिया तो गुरु नगीने बना देगा। सतगुरु धन गुरु ग्रंथ साहिब पातशाह जी असी नदरे रहमत बख्शिश कृपा कर देन इनिया बेनतियां प्रवान करनिया जी विचारा कर दिया बेअंत भुला हो जांदियां ने। गुरु ते गुरु की संगत बख्शन योग है भुला दी खिमा फतेह दी सांझ वाहिगुरु जी का खालसा वाहिगुरु जी की फतेह।